ਅਬੋਹਰ ਦੇ ਵਿੱਚ ਪੈਦਲ ਜਾ ਰਹੀ ਇੱਕ ਮਹਿਲਾ ਦੇ ਨਾਲ ਸਨੈਚਿੰਗ ਹੋਈ ਹੈ। 5000 ਰੁਪਏ ਖੋ ਕੇ ਲੈ ਗਏ ਨੇ ਲੁਟੇਰੇ ਤੇ ਲੁੱਟ ਤੋਂ ਬਾਅਦ ਮਹਿਲਾ ਦੀ ਸਿਹਤ ਵਿਗੜ ਗਈ। ਦਰਅਸਲ ਬੀਤੇ ਦਿਨ ਵੀ ਇੱਕ ਐਸਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ASI ਇੱਕ ਮੁਲਜ਼ਮ ਦੇ ਪਿੱਛੇ ਭੱਜ ਰਿਹਾ ਸੀ ਤਾਂ ਉਸਦੀ ਸਿਹਤ ਵਿਗੜ ਗਈ, ਉਸਨੂੰ ਹਾਰਟ ਅਟੈਕ ਆ ਗਿਆ ਤੇ ਉਸਦੀ ਜਾਨ ਚਲੀ ਗਈ। ਇਸੇ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਨਾਲ ਹੁਣ ਲੁੱਟ ਖੋ ਹੋਈ ਹੈ। ਉਮਰ ਦਰਾਜ ਮਹਿਲਾ ਹੈ, ਕਾਫੀ ਉਮਰਦਾਰ ਹੈ ਤੇ ਕਿਸ਼ਤ ਭਰਨ ਜਾ ਰਹੀ ਸੀ। ਇਸ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਤੇ ਇਸ ਦੇ ਹੱਥ ਦੇ ਵਿੱਚ ਫੜਿਆ ਲਿਫਾਫਾ ਖੋ ਕੇ ਫਰਾਰ ਹੋ ਗਏ ਨੇ ਲੁਟੇਰੇ ਦਾ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਬੋਹਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦਿਨ ਦਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਿਤ ਮਹਿਲਾ ਤੋਂ ਪਰਸ ਚੁਰਾ ਕੇ ਲੈ ਗਏ ਨੇ ਉਸਦਾ। ਦੱਸ ਦਈਏ ਕਿ ਲੁੱਟ ਖੋ ਹੋਣ ਤੋਂ ਬਾਅਦ ਮਹਿਲਾ ਦੀ ਸਿਹਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਉਸ ਮਹਿਲਾ ਨੂੰ ਹਸਪਤਾਲ ਪਹੁੰਚਾਉਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੱਧੀਆਂ ਅਬੋਹਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੈਦਲ ਜਾ ਰਹੀ ਮਹਿਲਾ ਦੇ ਨਾਲ ਸਨੈਚਿੰਗ ਹੋਈ ਹੈ। ਵੱਡੀ ਖਬਰ ਹੈ ਅਬੋਹਰ ਦੀ। ਇਹ ਮੇਲੇ ਨਾਲ ਜਾ ਰਹੀ ਸੀ ਨਹਿਰੂ ਪਾਰਕ ਦੇ ਕੋਲ ਅਤੇ 2-3 ਮੁੰਡੇ ਆਏ, ਉਹ ਤਾਂ ਇਹਨਾਂ ਨੇ ਮਾਸਕ ਮੰਗੇ ਸੀ, ਪੈਸੇ ਖੋ ਕੇ ਲੈ ਗਏ, ਉਸ ਤੋਂ ਬਾਅਦ ਟੈਨਸ਼ਨ ਲੈ ਗਏ, ਬੇਹੋਸ਼ ਹੋ ਗਏ ਸੀਗੇ ਅਤੇ ਇੱਧਰ ਆਏ ਨੇ, ਹੁਣ ਥੋੜ੍ਹਾ ਠੀਕ ਨੇ। ਖੋ ਕੇ ਪਰਸ ਆਪਦੇ ਦੇ ਵਿੱਚੋਂ ਪੌਠੀ ਵਿੱਚੋਂ ਪੈਸੇ ਕੱਢੇ ਆ, ਕੱਢ ਕੇ ਅਤੇ ਉਹਨਾਂ ਨੂੰ ਦਿੱਤੇ ਆ, ਕਿਰਾਇਆ ਦਿੱਤਾ, ਉਹ ਪੈਸੇ ਵੇਖ ਲਏ ਉਹਨਾਂ ਨੇ, ਵੇਖ ਕੇ ਅਤੇ ਬਸ ਉਹ ਮਗਰ ਪੈ ਗਏ। 2 ਜਣੇ ਹੈਗੇ ਸੀ, ਮੂੰਹ ਬੰਨੇ ਹੋਏ ਸੀ, ਇਹ ਸਿਮਰਨ ਨੇ, ਗੁਰੂ ਕਿਰਪਾ ਦੇ ਨੇ, 4 ਨੰਬਰ ਲਾ ਦੇਣਾ, ਬਸ ਉਹ ਟੈਨਸ਼ਨ ਲੈ ਗਿਆ ਦਿਮਾਗ 'ਤੇ, ਪੈਸੇ ਲੈ ਗਏ, ਮੈਂ ਟੱਕਾ ਮਾਰ। ਅਬੋਹਰ ਦੇ ਵਿੱਚ ਪੈਦਲ ਜਾ ਰਹੀ ਇੱਕ ਮਹਿਲਾ ਦੇ ਨਾਲ ਸਨੈਚਿੰਗ ਹੋਈ ਹੈ। 5000 ਰੁਪਏ ਖੋ ਕੇ ਲੈ ਗਏ ਨੇ ਲੁਟੇਰੇ ਤੇ ਲੁੱਟ ਤੋਂ ਬਾਅਦ ਮਹਿਲਾ ਦੀ ਸਿਹਤ ਵਿਗੜ ਗਈ। ਦਰਅਸਲ ਬੀਤੇ ਦਿਨ ਵੀ ਇੱਕ ਐਸਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ASI ਇੱਕ ਮੁਲਜ਼ਮ ਦੇ ਪਿੱਛੇ ਭੱਜ ਰਿਹਾ ਸੀ ਤਾਂ ਉਸਦੀ ਸਿਹਤ ਵਿਗੜ ਗਈ, ਉਸਨੂੰ ਹਾਰਟ ਅਟੈਕ ਆ ਗਿਆ ਤੇ ਉਸਦੀ ਜਾਨ ਚਲੀ ਗਈ। ਇਸੇ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਨਾਲ ਹੁਣ ਲੁੱਟ ਖੋ ਹੋਈ ਹੈ। ਉਮਰਦਰਾਜ ਮਹਿਲਾ ਹੈ, ਕਾਫੀ ਉਮਰਦਾਰ ਹੈ ਤੇ ਕਿਸ਼ਤ ਭਰਨ ਜਾ ਰਹੀ ਸੀ। ਇਸ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਤੇ ਇਸ ਦੇ ਹੱਥ ਦੇ ਵਿੱਚ ਫੜਿਆ ਲਿਫਾਫਾ ਖੋ ਕੇ ਫਰਾਰ ਹੋ ਗਏ ਨੇ ਲੁਟੇਰੇ ਦਾ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਬੋਹਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦਿਨ ਦਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਿਤ ਮਹਿਲਾ ਤੋਂ ਪਰਸ ਚੁਰਾ ਕੇ ਲੈ ਗਏ ਨੇ ਉਸਦਾ। ਦੱਸ ਦਈਏ ਕਿ ਲੁੱਟ ਖੋ ਹੋਣ ਤੋਂ ਬਾਅਦ ਮਹਿਲਾ ਦੀ ਸਿਹਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਉਸ ਮਹਿਲਾ ਨੂੰ ਹਸਪਤਾਲ ਪਹੁੰਚਾਉਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੱਧੀਆਂ ਅਬੋਹਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੈਦਲ ਜਾ ਰਹੀ ਮਹਿਲਾ ਦੇ ਨਾਲ ਸਨੈਚਿੰਗ ਹੋਈ ਹੈ। ਵੱਡੀ ਖਬਰ ਹੈ ਅਬੋਹਰ ਦੀ। ਇਹ ਮੇਲੇ ਨਾਲ ਜਾ ਰਹੀ ਸੀ ਨਹਿਰੂ ਪਾਰਕ ਦੇ ਕੋਲ ਅਤੇ 2-3 ਮੁੰਡੇ ਆਏ, ਉਹ ਤਾਂ ਇਹਨਾਂ ਨੇ ਮਾਸਕ ਮੰਗੇ ਸੀ, ਪੈਸੇ ਖੋ ਕੇ ਲੈ ਗਏ, ਉਸ ਤੋਂ ਬਾਅਦ ਟੈਨਸ਼ਨ ਲੈ ਗਏ, ਬੇਹੋਸ਼ ਹੋ ਗਏ ਸੀਗੇ ਅਤੇ ਇੱਧਰ ਆਏ ਨੇ, ਹੁਣ ਥੋੜ੍ਹਾ ਠੀਕ ਨੇ। ਖੋ ਕੇ ਪਰਸ ਆਪਦੇ ਦੇ ਵਿੱਚੋਂ ਪੌਠੀ ਵਿੱਚੋਂ ਪੈਸੇ ਕੱਢੇ ਆ, ਕੱਢ ਕੇ ਅਤੇ ਉਹਨਾਂ ਨੂੰ ਦਿੱਤੇ ਆ, ਕਿਰਾਇਆ ਦਿੱਤਾ, ਉਹ ਪੈਸੇ ਵੇਖ ਲਏ ਉਹਨਾਂ ਨੇ, ਵੇਖ ਕੇ ਅਤੇ ਬਸ ਉਹ ਮਗਰ ਪੈ ਗਏ। 2 ਜਣੇ ਹੈਗੇ ਸੀ, ਮੂੰਹ ਬੰਨੇ ਹੋਏ ਸੀ, ਇਹ ਸਿਮਰਨ ਨੇ, ਗੁਰੂ ਕਿਰਪਾ ਦੇ ਨੇ, 4 ਨੰਬਰ ਲਾ ਦੇਣਾ, ਬਸ ਉਹ ਟੈਨਸ਼ਨ ਲੈ ਗਿਆ ਦਿਮਾਗ 'ਤੇ, ਪੈਸੇ ਲੈ ਗਿਆ, ਮੈਂ ਟੱਕਾ ਮਾਰ ਗਏ, ਮੈਂ ਜਠਾਣੀ ਲੱਗਦੀ।